ਇਸ ਪਦੇ ਦੀ ਅਗਲੀ ਪੰਕਤੀ ਸਤਗੁਰ ਕਰੇ ਹਰ ਪੈ ਬੇਨਤੀ ਮੇਰੀ ਪੈਜ ਰੱਖੋ ਅਰਦਾਸਿਓ ਪੈਜ ਰੱਖੋ ਰਾਖੋ ਹਰ ਜਨ ਹੈ ਕੀ ਦੀ ਹਰ ਦੇਉ ਨਾਮ ਨਿਰੰਜਨੋ ਨਿਰੰਤਰ ਅਰਦਾਸ ਹੈ ਕਿ ਮਨ ਨੂੰ ਨਿਰੰਜਨ ਮਤ ਨਿਰੰਜਨ ਅੰਜਨ ਹੁੰਦਾ ਕਾਲਖ ਨਿਰੰਜਨ ਬਿਨਾ ਕਾਲਖ ਵਾਲੀ ਭੈੜੇ ਖਿਆਲਾਂ ਵਾਲੀ ਮਤ ਤੋਂ ਮਨ ਨੂੰ ਬਚਾ ਕੇ ਰੱਖੋ ਬਖਸ਼ੋ ਤਾਂ ਕਿ ਜੰਮ ਵਿਕਾਰੀ ਕਾਲਖ ਵਾਲੇ ਮਾਇਆ ਵਾਲੇ ਖਿਆਲ ਮੈਨੂੰ ਨਾ ਆਇਆ ਕਰੇ ਅਸੀਂ ਇੱਕ ਵਾਰੀ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਕਿ ਅਸੀਂ ਲੋਕੀ ਜਦੋਂ ਗ੍ਰਸਥੀ ਵਿੱਚ ਰਹਿੰਦੇ ਹਾਂ ਟੱਬਰ ਬਰਾਦਰੀ ਸਮਾਜ ਕੰਮਕਾਜ ਕਮਾਈਆਂ ਇਹ ਸਭ ਕੁਝ ਕਰਦੇ ਆਂ ਸਾਨੂੰ ਮੰਦੇ ਖਿਆਲ ਵੀ ਆਉਂਦੇ ਨੇ ਸਾਨੂੰ ਚੰਗੇ ਖਿਆਲ ਵੀ ਆਉਂਦੇ ਨੇ ਸੋ ਇਹ ਮੰਦੇ ਅਤੇ ਚੰਗੇ ਖਿਆਲਾਂ ਦੇ ਜਿਹੜੇ ਫੁਰਨੇ ਆਉਂਦੇ ਨੇ ਮੰਦੀ ਸਬਸਥਾ ਵਿੱਚ ਇਸ ਅਵਸਥਾ ਦੇ ਕਾਰਨ ਜਦੋਂ ਮਨ ਇਹ ਵਿਚਾਰ ਕਰਦਾ ਕਿ ਜਿਹੜੇ ਮੰਦੇ ਖਿਆਲ ਆਂਦੇ ਨੇ ਉਹਨਾਂ ਨਾਲ ਮੈਂ ਡਿਸਟਰਬ ਹੁੰਦਾ ਔਰ ਜਿਹੜੇ ਚੰਗੇ ਖਿਆਲ ਆਂਦੇ ਨੇ ਉਹਨਾਂ ਨਾਲ ਮਨ ਨੂੰ ਸ਼ਾਂਤੀ ਮਿਲਦੀ ਐ ਚੈਨ ਮਿਲਦਾ ਹੈ ਮੈਂ ਟਿਕ ਜਾਂਦਾ ਤਾਂ ਉਹ ਇਹ ਚੰਗੇ ਖਿਆਲ ਪ੍ਰਾਪਤ ਕਰਨਾ ਚਾਹੁੰਦਾ ਕਿਉਂਕਿ ਇਹਨਾਂ ਦੇ ਨਾਲ ਵਿਗਾਸ ਖੇੜਾ ਆਂਦਾ ਹੈ ਸੁਭਾਅ ਚ ਪੱਕਾ ਆਂਦਾ ਹੈ ਮੰਦੇ ਖਿਆਲ ਆਉਂਦੇ ਰਹਿੰਦੇ ਨੇ ਮੰਦਾ ਮੰਦੇ ਖਿਆਲਾਂ ਦਾ ਸੁਭਾਅ ਬਣਿਆ ਸੀ ਮੰਦੇ ਖਿਆਲ ਆਂਦੇ ਰਹਿੰਦੇ ਨੇ ਫਿਰ ਅਸੀਂ ਪਾਠ ਕਰਨਾ ਸ਼ੁਰੂ ਕਰਦੇ ਆਂ ਅੰਮ੍ਰਿਤ ਵੇਲੇ ਜਾਗਦੇ ਆਂ ਗੁਰਦੁਆਰਿਆਂ ਆਂਦੇ ਆਂ ਬਜ਼ੁਰਗਾਂ ਕੁੱਲ ਬੰਦੇ ਆ ਆਈਡੀਅਲਸ ਸਿੱਖਦੇ ਆ ਜਦੋਂ ਚਾਰੇ ਪਾਸੇ ਸਭ ਕੁਝ ਸਿੱਖਦੇ ਜਾਂਦੇ ਆ ਨਾ ਤਾਂ ਆਸਤਾ ਆਸਤਾ ਚੰਗੇ ਖਿਆਲ ਫੋਰ ਐਗਜ਼ਾਮਪਲ ਬਣਾ ਲੈਂਦੇ ਆ ਪਹਿਲਾਂ ਮੈਨੂੰ 50% ਚੰਗੇ ਖਿਆਲ ਆਉਂਦੇ ਸੀ 50% ਮੰਦੇ ਖਿਆਲ ਆਉਂਦੇ ਸੀ ਕੋਈ ਪਰਸੈਂਟੇਜ ਬਣਾ ਲੂ ਪਰ ਸਮਝਣ ਵਾਸਤੇ ਮੈਂ ਕਹਿ ਰਿਹਾ ਜਦੋਂ ਮੈਨੂੰ 50% ਚੰਗੇ ਖਿਆਲ ਆਉਂਦੇ ਸੀ ਉਹਨਾਂ ਦਾ ਸੁਭਾਅ ਚੰਗਾ ਲੱਗਣਾ ਸ਼ੁਰੂ ਹੋ ਗਿਆ ਤਾਂ ਮੈਂ ਮੰਦੇ ਖਿਆਲਾਂ ਵਾਲੇ ਸੁਭਾਅ ਵਾਲੇ ਪਾਸੇ ਧਿਆਨ ਕੀਤਾ ਕਿ ਇਹਨਾਂ ਨਾਲ ਨਾ ਡਿਸਟਰਬ ਹੁੰਦਾ ਅੱਗੇ ਸੇ ਇਹ ਕੰਮ ਨਹੀਂ ਕੀਆ ਕਰੂੰਗਾ ये वाला काम नहीं किया करूँगा किसी के साथ गुस्सा होना है तो मेरा चार घंटे सिर दर्द होता रहता है आगे से नहीं करूँगा किसी को गाली निकालने के बाद निंदा करने के बाद मैं रिग्रेट फील करता रहता हूँ गिल्टी फील करता रहता हूँ आगे से मैं जुबान से माड़ा बोल ही नहीं बोला करूँगा मैं ये अगेंस्ट गलां कर ली चार ਔਰ ਮਨੁਫਿਕਰੀ ਲੱਗਾ ਰਿਹਾ ਕਿ ਇਹਦੇ ਸਾਹਮਣੇ ਤਾਂ ਮੈਂ ਮਿੱਠਾ-ਮਿੱਠਾ ਸ਼ਰੀਫ ਬਣਿਆ ਰਹਿੰਦਾ ਪਰ ਜੇ ਇਨੇ ਇਹਨੂੰ ਦੱਸ ਦਿੱਤਾ ਕਿ ਭੁਪਿੰਦਰ ਸਿੰਘ ਨੇ ਤੇਰੀ ਨਿੰਦਾ ਕੀਤੀ ਹੈ ਮੈਂ ਡਰਦਾ ਹੀ ਰਹਿੰਦਾ ਉਹਨੂੰ ਦੱਸੀ ਨਾ ਜਦੋਂ ਮੈਨੂੰ ਇਹ ਵਾਲੀ ਖੁਆਰੀ ਸਮਝ ਆਈ ਤਾਂ ਮੈਂ ਅੱਗੋਂ ਤੋਂ ਇਹਦੇ ਨਾਲ ਨਿੰਦਾ ਕਰਨੀ ਛੋੜ ਦਿੱਤੀ ਇਹ ਬਾਤ ਨਹੀਂ ਕਿਆ ਕਰੂੰਗਾ ਆਸਥਾ-ਆਸਥਾ ਕੀ ਹੁੰਦਾ ਚੰਗੇ ਗੁਣ ਵੱਧਦੇ ਜਾਂਦੇ ਨੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਇਹਨਾਂ ਦੀ ਪਰਸੈਂਟੇਜ ਵਧਦੀ ਜਾਂਦੀ ਹੈ ਆਸਾ ਆਸਤਾ ਮੰਦੇ ਖਿਆਲ ਘਟਦੇ ਜਾਂਦੇ ਨੇ ਮੰਦੇ ਖਿਆਲਾਂ ਦੇ ਫੁਰਨੇ ਆਣੇ ਘਟਦੇ ਜਾਂਦੇ ਨੇ ਔਰ ਅਸੀਂ ਚੰਗੇ ਚੰਗੇ ਖਿਆਲਾਂ ਵਾਲੇ ਲੋਕਾਂ ਨਾਲ ਉੱਠਣਾ ਬੈਠਣਾ ਸ਼ੁਰੂ ਕਰ ਦਿੰਦੇ ਹਾਂ ਤੁਹਾਡੇ ਚੋਂ ਮੈਂ ਕਿਸੇ ਨੂੰ ਮਿਸਜਜ ਨਹੀਂ ਕਰ ਸਕਦਾ ਪਰ ਰਿਕੁਐਸਟ ਕਰਦਾ ਫਰਜ਼ ਕਰੋ ਤੁਹਾਡੇ ਘਰ ਵਿਆਹ ਸ਼ਾਦੀਆਂ ਦੇ ਪਾਰਟੀਆਂ ਦੇ ਕਾਰਡ ਆਉਂਦੇ ਨੇ ਤੁਸੀਂ ਉੱਥੇ ਜਾਂਦੇ ਹੋ ਤੁਸੀਂ ਦੇਖਦੇ ਹੋ ਉੱਥੇ ਲੋਕੀ ਸ਼ਰਾਬਾਂ ਪੀ ਰਹੇ ਨੇ ਡਾਂਸ ਕਰ ਰਹੇ ਨੇ ਤੁਸੀਂ ਡਿਸਟਰਬ ਹੋ ਜਾਂਦੇ ਹੋ ਤੁਹਾਡਾ ਚੰਗਾ ਖਿਆਲ ਕਹਿੰਦਾ ਯਾਰ ਇਹ ਕਾਹ ਪਰ ਮੈਂ ਆ ਗਿਆ ਮਨ ਨੂੰ ਫੱਪਦਾ ਨਹੀਂ ਆ ਯਾਰ ਮੈਂ ਤੇ ਅੰਮ੍ਰਿਤਵਾਲੇ ਗੁਰਦੁਆਰੇ ਜਾਣਾ ਮੈਂ ਪਾਠ ਕਰਨਾ ਤੁਸੀਂ ਉੱਥੇ ਡਿਸਟਰਬ ਹੋ ਜਾਂਦੇ ਹੋ ਤੁਹਾਨੂੰ ਕਾਰਡ ਆਵੇ ਔਰ ਤੁਸੀਂ ਉੱਥੇ ਨਾ ਜਾਓ ਆਸ-ਆਸਤਾ ਪਤਾ ਹੀ ਕੀ ਹੋਏਗਾ ਲੋਕੀ ਕਹਿਣਗੇ ਯਾਰ ਉਹਨੂੰ ਕਾਰਡ ਕੀ ਭੇਜਣਾ ਵਾਂਦਾ ਤੇ ਐ ਨਹੀਂ ਆਸ-ਆਸਤਾ ਐਸੇ ਲੋਕੀ ਖੇੜਾ ਖੇੜਾ ਛੱਡ ਜਾਣਗੇ ਨਹੀਂ ਛੱਡਦੇ ਨੇ ਤੁਸੀਂ ਪ੍ਰੈਕਟਿਸ ਹੋਰ ਸ਼ੁਰੂ ਕਰਦੇ ਹੋ ਮੈਂ ਤੁਹਾਡੇ ਵਿਆਹ ਸ਼ਾਦੀ ਤੇ ਆਵਾਂਗਾ ਕਬੋ ਕੁਛ ਵੀ ਨਾ ਪਰ ਨਾ ਲਫਾਫਾ ਲਜਾਓ ਨਾ ਪੈਸੇ ਲਜਾਓ ਨਾ ਡੱਬਾ ਦਿਓ ਆਸ-ਆਸਤਾ ਐਸੇ ਖਿਆਲ ਵਾਲੇ ਲੋਕੀ ਤੁਹਾਨੂੰ ਕਾਟ ਦੇਣਾ ਬੰਦ ਕਰ ਦੇਣਗੇ ਤੁਹਾਡਾ ਸੰਗ ਹੀ ਆਸ-ਆਸਤਾ ਐਸੇ ਲੋਕਾਂ ਤੋਂ ਛੁੱਟਦਾ ਜਾਏਗਾ ਮਨੁੱਖਾਂ ਨੂੰ ਭੇੜੇ ਨਹੀਂ ਕਹਿਣਾ ਮੰਦੇ ਖਿਆਲਾਂ ਤੋਂ ਆਪਣੇ ਆਪ ਨੂੰ ਛੁਡਾਣਾ ਹੈ ਬਸ ਮੰਦੇ ਖਿਆਲਾਂ ਤੋਂ ਮਨੁੱਖ ਕਿਸੇ ਨੂੰ ਭੜਾ ਸਾਖਤ ਨਹੀਂ ਸਮਝਣਾ ਮੰਦੇ ਖਿਆਲਾਂ ਨੂੰ ਭੜਾ ਸਾਖਤ ਸਮਝ ਕੇ ਸਾਖਤ ਸੰਗ ਨਾ ਕੀਜੀਏ ਦੂਰ ਹੋ ਜਾਈਏ پاک ਮੰਦੇ ਖਿਆਲਾਂ ਤੋਂ ਛੁੱਟਦੇ ਜਾਵਾਂਗੇ ਆਸ-ਆਸਤਾ ਚੰਗੇ ਖਿਆਲਾਂ ਵਾਲੇ ਹੀ ਲੋਕੀ ਸਾਡੇ ਈਰਤ-ਗਿਰਤ ਰਿਆ ਕਰਨਗੇ ਮੈਨੂੰ ਇਹ ਸ਼ੌਕ ਰਿਆ ਕਰੇਗਾ ਮੈਂ ਉਹਨਾਂ ਨਾਲ ਹੀ ਉਠਿਆ ਬੈਠਿਆ ਕਰਾਂ ਜਿਹੜੇ ਬਾਣੀ ਦੀਆਂ ਗੱਲਾਂ ਕਰਦੇ ਨੇ ਸ਼ਰਾਬ ਦੀਆਂ ਨਹੀਂ ਕਰਦੇ ਜਿਹੜੇ ਸਟਾਕ ਮਾਰਕੀਟ ਦੀਆਂ ਗੱਲਾਂ ਨਹੀਂ ਕਰਦੇ ਨੇ ਪ੍ਰਾਪਰਟੀ ਕਿੰਨੀ ਚੜ ਗਈ ਉਤਰ ਗਈ ਇਹਦੀਆਂ ਗੱਲਾਂ ਨਹੀਂ ਕਰਦੇ ਨੇ ਜਿਹੜੇ ਹਰ ਵੇਲੇ ਬਾਣੀ ਦੀ ਖੋਜ ਦੀਆਂ ਗੱਲਾਂ ਕਰਦੇ ਨੇ ਮੈਂ ਉਹਨਾਂ ਨਾਲ ਬਹਿਣਾ ਹੈ ਜਿਹੜੇ ਲੋਕਾਂ ਦੀ ਨਿੰਦਾ ਨਹੀਂ ਕਰਦੇ ਨੇ ਮੈਂ ਉਹਨਾਂ ਨਾਲ ਬਹਿਣਾ ਹੈ ਬਸ ਆਸ-ਆਸਤਾ ਫਿਰ ਕੀ ਹੁੰਦਾ ਸੁਭਾਅਪਕ ਦਾ ਜਾਂਦਾ ਚੰਗੇ ਵਾਲਾ ਮੰਦੇ ਫੁਰਨੇ ਸਪਰੈਸ ਹੋ ਜਾਂਦੇ ਨੇ ਫਿਰ ਆਸ-ਆਸਤਾ ਆਣੇ ਬੰਦ ਹੋ ਜਾਂਦੇ ਨੇ ਅਸੀਂ ਆਪਣੇ ਬੱਚੇ ਨੂੰ ਕੀ ਨਾ ਬੇਟਾ ਉਹਨਾਂ ਦੇ ਸਾਥ ਮਤ ਘੂਮਾ ਕਰੋ ਤੁਮਕੋ ਗਲਤ ਆਦਤ ਪੜਤੀ ਜਾ ਰਹੀ ਹੈ ਤਾਂ ਬੱਚਾ ਪਤਾ ਸਾਨੂੰ ਕੀ ਕਹਿੰਦਾ ਪਾਪਾ ਆਪ ਤਾਂ ਪੜਦੇ ਹੋ ਬਾਣੀ ਵਿੱਚ ਅਵਲੱਲਾ ਨੂਰ ਪਾਇ ਕੁਦਰਤ ਦੇ ਸਾਰੇ ਬੰਦੇ ਸਾਰੇ ਬੰਦੇ ਚੰਗੇ ਹੁੰਦੇ ਆ ਬਈ ਚੰਗੇ ਤਾਂ ਹੁੰਦੇ ਹਨ ਲੇਕਿਨ ਤੂੰ ਉਸਕੇ ਸਾਥ ਜਾ ਕੇ ਮੰਦੇ ਖਿਆਲ ਤੋਂ ਐਡਾਪਟ ਮਤ ਕਰੋ ਨਾ ਪਲੀਜ਼ ਨਹੀਂ ਤਾਂ ਤੇਰੀ ਆਦਤਾਂ ਹੀ ਨਹੀਂ ਛੁੱਟਣਗੀਆਂ ਆਦਤਾਂ ਨਹੀਂ ਛੁੱਟਣਗੀਆਂ ਤੂੰ ਆਏ ਦਿਨ ਬਰਥਡੇ ਮਨਾਉਂਦਾ ਰਹੇਂਗਾ ਉਹਨਾਂ ਦੇ ਬਰਥਡੇ ਅਟੈਂਡ ਕਰਦਾ ਰਹੇਂਗਾ ਸ਼ਰਾਬਾ ਪੀਂਦਾ ਰਹੇਂਗਾ ਸ਼ਰਾਬਾ ਪਲਾਂਦਾ ਰਹ ਜੈਗਾ ਛੁੱਟਣਾ ਤਾਂ ਫੇਰ ਚੰਗੇ ਗੁਣਾ ਦਾ ਸੰਗ ਕਰਿਆ ਕਰ ਆਪੇ ਵੈਸੇ ਹੀ ਲੋਕ ਮਿਲਦੇ ਜਾਂਦੇ ਸੱਚਾਰਸੀ ਬੈਠੇ ਸਤਿਗੁਰੂ ਪਾਸ ਕੁੜਿਆਰ ਕੁੜਿਆਰੀ ਜਾਇਰ ਨੇ ਆਪੇ ਜੀਵਨ ਸਾਡਾ ਬਦਲਦਾ ਜਾਂਦਾ ਹੈ ਜਮਾ ਵਿਕਾਰ ਆਵਨੀ ਕਾਲਖ ਵਾਲੀ ਮਾਇਆ ਤੋਂ ਬਚਦੇ ਜਾਂਦੇ ਆਂਤ ਚਲਦਿਆਂ ਹੋਏ 베ਲੀ ਜਮਦੂਤ ਕਾਲ ਨਿਖੰਝ ਨੋ ਤੁਹਾਡੀ ਵਿਜ਼ਡਮ ਮੇਰੀ ਬਿੱਲੀ ਸਹਾਇਕ ਬਣ ਜਾਵੇ ਇਸ ਕਰਕੇ ਬੇਨਤੀ ਕਰਦਾ ਹਾਂ ਨਿਖੰਜਨੋਂ ਹੁੰਦਾ ਹੈ ਜਦੋਂ ਜੰਮਾ ਵਾਲਾ ਖਿਆਲ ਆਵੇ ਉਸ ਖਿਆਲ ਨੂੰ ਮਾਰ ਸਕੀਏ ਉਹਨੂੰ ਕਹਿੰਦੇ ਨੇ ਕੁੱਟ ਕੁੱਟ ਮਨ ਕਸਵੱਟੀ ਲਾਵੇ ਮਨ ਨੂੰ ਮੰਦਾ ਖਿਆਲ ਆਇਆ ਕਿ ਇਸ ਕੋ ਗਾਲੀ ਕਢ ਦੇ ਮਨ ਦਾ ਖਿਆਲ ਹੈ ਉਸ ਦੀ ਨਿੰਦਾ ਕਰ ਦੇ ਪਰ ਆਪਣੇ ਮਨ ਨੂੰ ਕੁੱਟਣਾ ਨਹੀਂ ਮੈਂ ਨਹੀਂ ਕਰਨਾ ਇਸ ਤਰ੍ਹਾਂ ਕਦੋਂ ਤੱਕ ਕਰਦਾ ਰਹਾਂਗਾ ਆਏ ਦਿਨ ਮਨ ਨੂੰ ਪੜੇ ਲੋਕ ਹੀ ਮਿਲਦੇ ਰਹਿਣਗੇ ਆਏ ਦਿਨ ਮੈਂ ਪੜੇ ਲੋਕਾਂ ਦੀਆਂ ਗੱਲਾਂ ਕਰਦਾ ਰਾਂਗਾ ਆਏ ਦਿਨ ਮੇਰੇ 24 ਆਵਰਸ ਨੇ ਇਤਨੀ ਮੁਸ਼ਕਲ ਜੀਵਨ ਦੀ ਖੇਡ ਬੀਤ ਰਹੀ ਹੈ ਸੌਣ ਨੂੰ ਲੋਕਾਂ ਨੂੰ ਟਾਈਮ ਨਹੀਂ ਹੈ ਸਿਰ ਖੁਰਕਨ ਨੂੰ ਲੋਕਾਂ ਨੂੰ ਟਾਈਮ ਨਹੀਂ ਹੈ ਆਰਾਮ ਨਾਲ ਬੈਠ ਕੇ ਰੋਟੀ ਖਾਣ ਨੂੰ ਟਾਈਮ ਨਹੀਂ ਹੈ ਟੱਬਰ ਨਾਲ ਬੈਠਣ ਦਾ ਟਾਈਮ ਨਹੀਂ ਹੈ ਇਸ ਕਰਕੇ ਅਸੀਂ ਐਗਜ਼ਾਮਪਲ ਬਣਾਇਆ ਸੀ ਇੱਕ ਇੱਕ ਬੰਦਾ ਆਪਣੇ ਘਰੋਂ ਬਾਹਰ ਨਿਕਲਿਆ ਕੇਲੇ ਦੇ ਛਿਲਕੇ ਦੇ ਨਾਲ ਫਿਸਲ ਗਿਆ ਗੋਡਾ ਟੁੱਟ ਗਿਆ 3 ਮਹੀਨੇ ਪਲਸਟਰ ਰਿਆ ਜਦੋਂ ਪਲਸਟਰ ਤੋਂ ਉੱਠਿਆ ਟੰਗਾਂ ਠੀਕ ਹੋ ਗਈਆਂ ਤੁਰੰਤ ਜੋਗ ਹੋ ਗਿਆ ਅੱਜ ਜਦੋਂ ਘਰੋਂ ਬਾਹਰ ਨਿਕਲਿਆ ਬਾਹਰ ਦੋ ਕੇਲੇ ਦੇ ਛਿਲਕੇ ਪੇਵੈ ਸੀ ਪਤਾ ਕੀ ਕਹਿੰਦਾ ਅੱਬੇ ਅੱਜ ਦੋ ਵਾਰੀ ਫਿਸਲਣਾ ਪੜੇਗਾ ਇਹਦਾ ਮਤਲਬ ਲੋਕੀ ਕੇਲੇ ਦੇ ਛਿਲਕੇ ਫੈਂਕਤੇ ਰਹਿਣਗੇ ਹਮ ਵਿਸਲਤੇ ਰਹਿਗੇ ਸਾਡਾ ਹੀ ਕੰਮ ਹੈ ਆਏ ਦਿਨ ਫੇਸਬੁਕ ਤੇ ਢੇਰ ਸਾਰੀਆਂ ਗੱਲਾਂ ਆ ਜਾਣਗੀਆਂ ਆਏ ਦਿਨ ਵਟਸਐਪ ਤੇ ਢੇਰ ਸਾਰੀਆਂ ਗੱਲਾਂ ਆ ਜਾਣਗੀਆਂ ਆਏ ਦਿਨ 24 ਆਵਰਸ ਟੀਵੀ ਤੇ ਢੇਰ ਸਾਰੀਆਂ ਨਿਊਜ਼ ਆਂਦੀਆਂ ਰਹਿਣਗੀਆਂ ਅਸ ਸਬਸ ਇਹਨਾਂ ਨਾਲ ਹੀ ਖਛਤ ਹੀ ਰਵਾਂਗੇ ਇਹਦੇ ਖਬਰਾਂ ਵਧੀਆ ਜਾਣ ਗਿਆ एवरीडे ਤੁਸੀਂ ਦੇਖੋ ਕੱਲ ਤੱਕ 24000 ਫੇਸਬੁਕ ਤੇ ਬੰਦੇ ਸੀ ਅੱਜ 48000 ਹੋ ਗਏ ਨੇ ਅੱਜ 60000 ਹੋ ਗਏ ਨੇ ਬਸ ਮੇਰਾ ਇਹ ਹੀ ਕੰਮ ਲੱਗਾ ਹੋਇਆ ਹੈ ਕੌਣ ਕੀ ਕਹਿ ਰਿਹਾ ਅੱਛਾ ਉਸਨੇ ਐਸੇ ਕਿਉਂ ਕਹਿ ਦਿਆ ਤੁਮ ਕੋ ਬਤਾਉ ਫੁਲਾ ਨੇ ਇਹ ਕਹਿ ਦਿਆ ਔਰ ਇਹ ਹੋ ਗਿਆ ਹੋ ਗਿਆ ਆਪਣਾ ਸਮਝਿਆ ਕਰੀ ਜਾ ਰਿਹਾ ਲੋਕੀ ਛਿਲ ਕੇ ફેਕੇ ਜਾ ਰਿਹਾ ਹਮ ਫਸੇ ਹੋਏ ਸਾਨੂੰ ਸਮਝ ਹੀ ਨਹੀਂ ਆ ਰਹੀ ਕਿ ਮੈਂ ਇਸ ਮਨ ਨੂੰ ਕਿਸ ਤਰ੍ਹਾਂ ਕੁੱਟਾਂ ਕਿਸ ਤਰ੍ਹਾਂ ਇਸ ਨੂੰ ਆਪਣੇ ਆਪ ਨੂੰ ਰੋਕਾਂ ਅੰਤ ਚਲਦਿਆਂ ਹੋਏ ਬੇਲੀ ਜੇ ਇਹਨੂੰ ਨਹੀਂ ਕਰਦੇ ਆ ਤਾਂ ਸਾਡੀ ਆਤਮਿਕ ਮੌਤ ਹੁੰਦੀ ਹੈ ਉਸ ਵੇਲੇ ਅਸੀਂ ਸਤਗੁਰੂ ਦੀ ਮੱਤ ਲੈ ਨਹੀਂ ਪਾਉਂਦੇ ਆ ਇਸ ਕਰਕੇ ਕਹ ਰਹੇ ਮਨੂੰ ਉਸ ਵੇਲੇ ਸੁਮਤ ਬਖਸ਼ ਦਿਓ ਤਾਂ ਕਿ ਜਦੋਂ ਮੰਦਾ ਖਿਆਲ ਆਇਆ ਕਰੇ ਮੰਦੇ ਫੁਰ ਨੇ ਆਇਆ ਕਰਨ ਮੈਂ ਉਸ ਨੂੰ ਪ੍ਰੈਕਟਿਸ ਨਾ ਕਰਿਆ ਕਰਾਂ ਔਰ ਆਸ-ਆਸਤਾ ਉਹਨਾਂ ਨੂੰ ਮੁਕਾ ਸਕਾਂ ਅੰਤਕਾਲ ਆਤਮਿਕ ਮੌਤ ਦਾ ਸਮਾ ਜਦੋਂ ਆਵੇ ਉਸ ਸੁਲਮਨ ਉਹਦੇ ਨਾਲ ਕੰਬੈਟ ਕਰਨ ਦੀ ਅਕਲ ਦੇ ਦਿਓ ਅੰਤ ਚਲਦਿਆਂ ਹੋਏ ਬੇਲੀ ਜਮਦੂਤ ਕਾਲ ਨਿਕੰਝ ਨੂੰ ਕੌਣ ਕਹਿ ਰਿਹਾ ਹੈ ਜਿਹੜਾ ਭਗਤ ਬਣ ਗਿਆ ਹੈ ਕੌਣ ਕਹਿ ਰਿਹਾ ਹੈ ਜਿਸ ਨੇ ਸਿਨਸੀਅਰ ਡਿਮਾਂਡ ਕੀਤੀ ਕੌਣ ਕਹਿ ਰਿਹਾ ਹੈ ਜਿਸ ਨੇ ਆਪਣਾ ਆਪ ਸਮਰਪਣ ਕਰ ਦਿੱਤਾ